ਅੱਜ ਦਾ ਆਪਣਾ ਵਿਸ਼ਾ ਹੈ ਕਿ ਦੀਵਾਲੀ ਦੇ ਮੌਕੇ ਤੇ ਮਿੱਟੀ ਦਾ ਘੜਾ ਲਿਆ ਕੇ ਉਹਦੇ ਵਿੱਚ ਇੱਕ ਚੀਜ਼ ਪਾ ਦਿਓ ਤੁਹਾਡਾ ਘੜਾ ਆਪੇ ਹਰ ਚੀਜ਼ ਨਾਲ ਸੰਪੰਨਤਾ ਨਾਲ ਭਰ ਜਾਵੇਗਾ ਵੇਖੋ ਸੁੱਖ ਤੇ ਦੁੱਖ ਮਨੁੱਖ ਦੀ ਜ਼ਿੰਦਗੀ ਦੇ ਦੋ ਹਿੱਸੇ ਨੇ ਪਰ ਕਈ ਵਾਰ ਅੱਬਾ ਕੜੀ ਮਿਹਨਤ ਦੇ باوجود ਆਪਣੇ ਹੱਥ ਕੁਝ ਨਹੀਂ ਆਉਂਦਾ ਕਿਸੇ ਪਾਸੋਂ ਕੋਈ ਫਲ ਨਹੀਂ ਮਿਲਦਾ ਹਰ ਸਮੇਂ ਘਾਟਾ ਹੀ ਘਟਾ ਆਪਣੀ ਜ਼ਿੰਦਗੀ ਵਿੱਚ ਦਸਤਕ ਦਿੰਦਾ ਇਸ ਨਾਲ ਮਨੁੱਖ ਹਰ ਸਮੇਂ ਪਰੇਸ਼ਾਨ ਰਹਿੰਦਾ ਜਿਸ ਦਾ ਅਸਰ ਬਾਕੀ ਪਰਿਵਾਰ ਤੇ ਵੀ ਪੈਂਦਾ ਘਰ ਵਿੱਚ ਲੜਾਈ ਝਗੜੇ ਵੱਧਨੇ ਸ਼ੁਰੂ ਹੋ ਜਾਂਦੇ ਨੇ ਪੈਸਾ ਨਾ ਹੋਣ ਕਰਕੇ ਘਰ ਵਿੱਚ ਆਰਥਿਕ ਤੰਗੀ ਹੋ ਜਾਂਦੀ ਪੈਸਿਆਂ ਦੀ ਤੰਗੀ ਦਾ ਅਸਰ ਮਨੁੱਖ ਦੇ ਫਿਰ ਸਰੀਰ ਤੇ ਵੀ ਸ਼ੁਰੂ ਹੋਣਾ ਆਪੇ ਲਾਜ਼ਮੀ ਹੈ ਵੀ ਉਹ ਦੇਖਦਾ ਰਿਸ਼ਤਿਆਂ ਵਿੱਚ ਵੀ ਖਟਾਸ ਆ ਜਾਂਦੀ ਜਦੋਂ ਕੋਲ ਪੈਸਾ ਨਾ ਹੋਵੇ ਇਸ ਨਾਲ ਮਨੁੱਖ ਦੇ ਮਾਨ ਸਨਮਾਨ ਵਿੱਚ ਵੀ ਕਮੀ ਆ ਜਾਂਦੀ ਇਸ ਦਾ ਕਾਰਨ ਘਰ ਵਿੱਚ ਨਾਕਾਰਾਤਮਕ ਊਰਜਾ ਫਿਰ ਉਹ ਆਪੇ ਵਧਦੀ ਹੈ ਨਾਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕੁਝ ਜੁਗਤਾਂ ਆਪਾਂ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਇਹਨਾਂ ਜੁਗਤਾਂ ਨੂੰ ਆਪਾਂ ਵਰਤ ਕੇ ਆਪਣੇ ਘਰ ਵਿੱਚ ਖੁਸ਼ੀਆਂ ਦੇ ਖੇੜੇ ਲੈ ਕੇ ਆ ਸਕਦੇ ਹਾਂ ਤਾਂ ਆਓ ਫਿਰ ਜਾਣਦੇ ਹਾਂ ਕਿਸ ਦਿਨ ਤੇ ਕਿਵੇਂ ਕਰਨੀ ਹੈ ਇਹ ਜੁਗਤ ਇਹ ਜ਼ਿੰਦਗੀ ਦਾ ਨਿਯਮ ਬਣਾ ਲਓ ਵੀ ਤਿੰਨ ਚੀਜ਼ਾਂ ਮੈਂ ਵਰਤਣੀਆਂ ਵਰਤਨੀਆਂ ਪਹਿਲੀ ਚੀਜ਼ ਆਪਣੇ ਜਦੋਂ ਤੁਸੀਂ ਇਸ਼ਨਾਨ ਕਰਨਾ ਹੈ ਉਦੋਂ ਕੀ ਕਰਨਾ ਹੈ ਵੀ ਹੁਣ ਆਪਾਂ ਜਿਵੇਂ ਸਿਆਲ ਆ ਗਏ ਲੋਕਾਂ ਨੇ ਵੱਖ-ਵੱਖ ਆਪਣੇ ਘਰਾਂ ਵਿੱਚ ਮਿੱਟੀ ਦੇ ਕੜੇ ਧਰਤੀ ਦੇ ਵਿੱਚ ਦੱਬ ਕੇ ਤੇ ਥੱਲੇ ਆ ਕੇ ਬਾਲ ਕੇ ਉਹਦੇ ਵਿੱਚ ਪਰ ਪਾਣੀ ਗਰਮ ਕਰਦੇ ਆ ਮਿੱਟੀ ਦੇ ਕੜੇ ਦੀ ਵਰਤੋਂ ਕਰਦੇ ਆ ਜੇ ਸਰਦੀਆਂ ਵਿੱਚ ਹੁੰਦਾ ਐਵੇਂ ਕਰਦੇ ਆ ਤੇ ਗਰਮੀਆਂ ਵਿੱਚ ਕੀ ਕਰਦੇ ਆ ਵੀ ਪਾਣੀ ਪਹਿਲਾਂ ਭਰ ਕੇ ਕੜੇ ਵਿੱਚ ਰੱਖ ਲੈਂਦੇ ਆ ਭਾਵੇਂ ਠੰਡਾ ਰਹੇਗਾ ਤੇ ਉਹਨਾਂ ਦੇ ਇਸ਼ਨਾਨ ਕਰਾਂਗੇ ਤੁਸੀਂ ਉਸ ਜੋ ਤੁਹਾਡਾ ਕੜਾ ਹੈ ਉਹਦੇ ਵਿੱਚ ਜਦੋਂ ਇਸ਼ਨਾਨ ਕਰਨਾ ਹੈ ਇੱਕ ਦਿਨ ਹਲਦੀ ਪਾ ਕੇ ਇਸ਼ਨਾਨ ਕਰਨਾ ਹੈ ਦੋ ਚੁੰਡੀਆਂ ਅਗਲੇ ਦਿਨ ਕਹਿੰਦੇ ਲੂਣ ਪਾ ਕੇ ਜਿਹੜਾ ਸੇਦਾ ਨਮਕ ਹੁੰਦਾ ਜਿਹੜਾ ਆਪਾਂ ਆਪਣਾ ਡੰਗਰਾਂ ਨੂੰ ਪਾਉਂਦੇ ਆ ਉਹ ਤੋੜ ਕੇ ਫਿਰ ਉਸ ਤੋਂ ਅਗਲੇ ਦਿਨ ਕੀ ਕਰਨਾ ਹੈ ਫਟਕੜੀ ਦਾ ਪਾ ਕੇ ਧਾਰਮਿਕ ਲੋਕੀ ਜੋ ਕਹਿੰਦੇ ਆ ਹੁਣ ਜਾਂਦੇ ਆ ਉਹ ਕੀ ਕਹਿੰਦੇ ਆ ਧਾਰਮਿਕ ਲੋਕੀ ਕਹਿੰਦੇ ਆ ਵੀ ਐਵੇਂ ਇਸ਼ਨਾਨ ਕਰਨ ਨਾਲ ਨੌਕਰੀ ਪੈਸਾ ਰਿਸ਼ਤੇਦਾਰੀਆਂ ਸਰੀਰਿਕ ਸਮੱਸਿਆਵਾਂ ਦੂਰ ਹੁੰਦੀਆਂ ਨੇ ਘਰ ਵਿੱਚ ਨਾਗਰਾਂਤਮਕਤਾ ਦੂਰ ਕਰਨ ਲਈ ਆਪਾਂ ਨੂੰ ਹਫ਼ਤੇ ਵਿੱਚ ਇਹ ਕੰਮ ਕਰਨਾ ਹੀ ਕਰਨਾ ਚਾਹੀਦਾ ਹੈ ਘਰ ਵਿੱਚ ਲੂਣ ਦਾ ਪੋਚਾ ਲਾਉਣਾ ਚਾਹੀਦਾ ਤੇ ਇਸ ਤਰ੍ਹਾਂ ਇਸ਼ਨਾਨ ਕਰਨਾ ਚਾਹੀਦਾ ਸਵੇਰੇ ਉੱਠਦੇ ਹੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਦੋਵਾਂ ਕੋਨਿਆਂ ਤੇ ਥੋੜੀ-ਥੋੜੀ ਕਿੰਦੇ ਵੀ ਹਲਦੀ ਜਰੂਰ ਪਾਓ ਕਿਉਂਕਿ ਇਹ ਹਰ ਇੱਕ ਚੀਜ਼ ਨੂੰ ਸੋਖਣ ਦੀ ਤਾਕਤ ਰੱਖਦੀ ਹੈ ਤੇ ਲੂਣ ਰੱਖੋ ਉਹ ਵੀ ਆਪਣੀ ਨਾਗਰਾਂਤਮਕਤਾ ਸੋਖੇ ਇਸਨਾਂ ਘਰ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਬੁਰੀ ਨજર ਨਹੀਂ ਲੱਗੇਗੀ ਇਸ ਤਰ੍ਹਾਂ ਇਹ ਜੁਗਤ ਕਰਕੇ ਆਪਣੇ ਘਰ ਨੂੰ ਖੁਸ਼ੀਆਂ ਤੇ ਹਰ ਤਰ੍ਹਾਂ ਦੇ ਸੁੱਖ ਨਾਲ ਭਰ ਸਕਦੇ ਹੁਣ ਵਿਗਿਆਨ ਕੀ ਕਹਿੰਦਾ ਹੈ ਵਿਗਿਆਨ ਕਹਿੰਦਾ ਹੈ ਵੀ ਹਲਦੀ ਇੱਕ ਤਰ੍ਹਾਂ ਦੀ ਔਸ਼ਧੀ ਹੈ ਜਦੋਂ ਆਪਾਂ ਇਹਨੂੰ ਪਾਣੀ ਵਿੱਚ ਪਾ ਕੇ ਨਹਾਉਂਦੇ ਆ ਤਾਂ ਇਹਦੇ ਨਾਲ ਆਪਣੇ ਸਰੀਰ ਦੇ ਉੱਪਰੋਂ ਜਿਹੜੀਆਂ ਆਪਣੀਆਂ ਮਾਸਪੇਸ਼ੀਆਂ ਨੇ ਉਹ ਠੀਕ ਹੁੰਦੀਆਂ ਨੇ ਜੇ ਅਗਲੇ ਦਿਨ ਲੂਣ ਪਾ ਕੇ ਨਹਾਉਂਦੇ ਆ ਤਾਂ ਉਹਦੇ ਨਾਲ ਸਰੀਰ ਦੀ ਥਕਾਵਟ ਮਾਨਸਿਕ ਕਾਵੜ ਜਿਨ੍ਹਾਂ ਨੂੰ ਬੜਾ ਜ਼ਿਆਦਾ ਤਣਾ ਰਹਿੰਦਾ ਟੈਨਸ਼ਨ ਇੰਦਾ ਉਹ ਦੂਰ ਹੁੰਦੇ ਜੇਕਰ ਫਟਕੜੀ ਪਾ ਕੇ ਨਾ ਹੋਣਿਆਂ ਤਾਂ ਉਹ ਵੀ ਇੱਕ ਆਗਾਰਗਰ ਹੁੰਦਾ ਇਸ ਲਈ ਇੱਕ ਦਿਨ ਹਲਦੀ ਅਗਲੇ ਦਿਨ ਨਮਕ ਤੇ ਅਗਲੇ ਦਿਨ ਫਿਰ ਕੀ ਹੈ ਵੀ ਤੁਸੀਂ ਫਟਕੜੀ ਤੇ ਜਾਂ ਸੇਧਾ ਨਮਕ ਇਹ ਵਾਰੋ ਵਾਰੀ ਪਾ ਕੇ ਹਲਦੀ ਪਾ ਕੇ ਨਹਾਓ ਤੁਹਾਨੂੰ ਜਿੰਨੇ ਵੀ ਸਰੀਰਕ ਰੋਗ ਨੇ ਜਾਂ ਮਾਨਸਿਕ ਰੋਗ ਨੇ ਉਹ ਹੌਲੀ ਹੌਲੀ ਠੀਕ ਹੋ ਜਾਣਗੇ ਧਾਰਮਿਕ ਚੋ ਲੋਕ ਨੇ ਨਾ ਉਹ ਇਹ ਇਸ ਲਈ ਕਹਿੰਦੇ ਨੇ ਕਿਉਂਕਿ ਜਦੋਂ ਆਪਾਂ ਨੂੰ ਸਿੱਧੀ ਗੱਲ ਦੱਸੀ ਜਾਏ ਆਪਾਂ ਛੇਤੀ ਨਹੀਂ ਮੰਨਦੇ ਤੇ ਇਸ ਲਈ ਉਹਨੂੰ ਧਰਮ ਨਾਲ ਜੋੜ ਦਿੰਦੇ ਆ ਜਿਸ ਲਈ ਉਹ ਗੱਲ ਨੂੰ ਲੋਕੀ ਛੇਤੀ ਮੰਨ ਲੈਂਦੇ ਆ